जिंदाबाद 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 संयुक्त किसान मोर्चा जिंदाबाद 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 संयुक्त किसान मोर्चा जिंदाबाद 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 किसान मजदूर एकता जिंदाबाद श्रीकाल अंकल और लाओ दो चार तीसरे दिन च प्रवेश कर चुके हैं तुहाडा पक्का मोर्चा किदां दा अज दा शेड्यूल रहेगा तुहाडा अही तीन दिन दो दिन पहला जिहड़ा धरना लाया बड़े शांतमई पूर्व नाल धरना लाया ਲੋਕਾਂ ਦੀ ਮੁਸ਼ਕਲਾਂ ਨੂੰ ਦੇਖਦੇ ਹੋਏ ਵੀ ਜਿਵੇਂ ਕਿਸੇ ਨੇ ਐਂਬੂਲੈਂਸ ਜਾ ਰਹੀ ਹੈ ਕੋਈ ਮਿਲਟਰੀ ਦਾ ਜਾ ਰਿਹਾ ਅਸੀਂ ਉਹਨਾਂ ਨੂੰ ਬੜੇ ਆਰਾਮ ਨਾਲ ਉਹਦੇ ਤੋਂ ਕੱਢਦੇ ਰਹੇ ਕਿਸੇ ਨੇ ਵੀ ਕੋਈ ਪਰੇਸ਼ਾਨੀ ਦੱਸੀ ਸੀ ਕਿਸੇ ਨੂੰ ਉਹ ਰੋਕਿਆ ਨਹੀਂ ਪਰ ਸਾਨੂੰ ਅੱਜ ਵੀ ਸਾਨੂੰ ਪ੍ਰਸ਼ਾਸਨ ਆ ਜਿਹੜਾ ਉਰੇ ਦਾ ਉਹਨੇ ਪ੍ਰਸ਼ਾਸਨ ਸਾਡੇ ਨਾਲ ਬੜਾ ਧੱਕਾ ਕਰਿਆ ਰਾਤ ਵੀ ਸਾਨੂੰ ਪ੍ਰਸ਼ਾਸਨ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਇੱਕ ਪਾਸੇ ਜਾ ਰਿਹਾ ਜਿਹੜਾ ਸਿਸਟਮ ਨਾਲ ਇੱਕ ਖੋਲਿਆ ਹੋਇਆ ਇੱਕ ਬੈਰੀਅਰ ਸਿਰਫ ਐਂਬੂਲੈਂਸ ਵਾਸਤੇ ਜਾਂ ਕਿਸੇ ਮਜ਼ਬੂਰੀ ਵਾਸਤੇ ਖੋਲਿਆ ਹੋਇਆ ਸੀ ਇਹਨਾਂ ਨੇ ਪਿੱਛੋਂ ਟ੍ਰੈਫਿਕ ਛੱਡਤੀ ਪੁਲਿਸ ਪ੍ਰਸ਼ਾਸਨ ਨੇ ਟ੍ਰੈਫਿਕ ਛੱਡ ਕੇ 10 ਵਜੇ ਸਾਨੂੰ ਇਹਨਾਂ ਨੇ ਇੰਨੀ ਟ੍ਰੈਫਿਕ ਦਾ ਜਾਮ ਲਾਦਾ ਸਾਨੂੰ ਇਹਦਾ ਬੈਰੀਗੇਟਰ ਸਾਨੂੰ ਦੋ ਖੋਲਣੇ ਪਏ ਪ੍ਰਸ਼ਾਸਨ ਸਾਡੇ ਨਾਲ ਬਿਲਕੁਲ ਧੱਕਾ ਕਰ ਰਿਹਾ ਅਸੀਂ ਫਿਰ ਤੁਹਾਡੇ ਚੈਨਲ ਰਾਹੀਂ ਪ੍ਰਸ਼ਾਸਨ ਨੂੰ ਮਾਧਿਅਮ ਨਾਲ ਬੇਨਤੀ ਕਰਦੇ ਹਾਂ ਵੀ ਜਿਹੜਾ ਰੂਟ ਹੈ ਇਹਨੂੰ ਇਹ ਸਹੀ ਤਰੀਕੇ ਨਾਲ ਚਲਾਉਣ ਲੋਕਾਂ ਨੂੰ ਦਿੱਕਤ ਨਾ ਆਵੇ ਲੋਕਾਂ ਤੋਂ ਵੀ ਅਸੀਂ ਮਾਫ਼ੀ ਮੰਗਦੇ ਹਾਂ ਤੁਹਾਡੇ ਚੈਨਲ ਰਾਹੀਂ ਵੀ ਸਾਡੀ ਮਜਬੂਰੀ ਹੈ ਸਾਡਾ ਕੋਈ ਸ਼ੌਂਕ ਨਹੀਂ ਇਹ ਧਰਨਾ ਲਾਉਣਾ ਸਾਡਾ ਸਾਥ ਦਿਓ ਇਹੀ ਸਾਡੀ ਬੇਨਤੀ ਹੈ ਸਾਰੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਿਹੜੇ ਰਾਹਗੀਰ ਹੈਰਾਨ ਹੁੰਦੇ ਆ ਉਹ ਹੈਰਾਨ ਨਾ ਹੋਣ ਉਹਨਾਂ ਨੂੰ ਪ੍ਰਸ਼ਾਸਨ ਜੇ ਸਰਕਾਰ ਨਹੀਂ ਮੰਨੇਗੀ ਤਾਂ ਅਸੀਂ ਇਸ ਮੋਰਚੇ ਨੂੰ ਹੋਰ ਵੀ ਤੇਜ਼ ਕਰਾਂਗੇ ਇਹ ਅਸੀਂ ਇਹ ਤੋਂ ਵੀ ਸਖ਼ਤ ਕਰਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਸਖ਼ਤ ਹੋ ਜਾਵਾਂਗੇ।